सारियां नूं सत श्री अकाल। स्वागत है तुहाडा साडे अज दे नवें व्लॉग दे विच। वेलकम नवीं वीडियो दे नाल, पेंटिंग वीडियो दे नाल। ते बाकी आपां अज पीकॉक मोरनी जिहनूं आपां कहिंदे आ अलग डिज़ाइन च तैयार कीती आ। ये दुपट्टे दा डिज़ाइन आ, लेडी सूट कॉर्नर फ्रंट बैक डिज़ाइन आ, चाहे चादरे ते तुसीं इह डिज़ाइन पा सकदे हो जेंट्स, ते अपने चादरे कुर्ते दे उपर डिज़ाइन पा सकदे हो। बहुत सोहणे डिज़ाइन बनदे ने मोरनी दे उपर, क्यों क्योंकि अपनियां जेंट्स अपनियां बाहां ते टैटू भी बनाउंदे ने मोरनी दा, पट ते मोरनी भी चलदी आ। ये काफ़ी नवां दे काफ़ी जगह दे नूं यूज़ कीता जांदा है। बाकी अज आपां नवीं अलग शेप की मोरनी तैयार करन लगे हाँ। बने रहो साडे वीडियो दे, वीडियो नूं पूरा देखियो, चैनल नूं सबसक्राइब करियो, बैल आइकन नप लियो तां जो रोज़ जिहड़ियां नवीं वीडियो पैंदियां उह वेखण लई लिंक तुहाडे कोल पहुँच सके। बाकी आओ आपां करन लगे हाँ शुरू पेंट करना इहनूं, ते बने रहो साडे चैनल दे उपर। वीडियो नूं पूरा देख के जाइओ, स्किप ना करिओ जे। बाकी चैनल नूं प्लीज़ जरूर सबसक्राइब करिओ ਤਾਂ ਜੋ ਆਪਣੇ ਸਬਸਕ੍ਰਾਈਬਰ 1000 ਤੱਕ ਪਹੁੰਚਾ ਦਿਓ। ਜਿੰਨੀ ਕੁ ਆਪਾਂ ਮਿਹਨਤ ਲਾਈ ਉਨਾ ਕੁ ਫਲ ਦਿਓ ਆਪਾਂ ਨੂੰ ਜ਼ਰੂਰ। ਅਤੇ ਬਾਕੀ ਆਪਾਂ ਕਰਦੇ ਹਾਂ ਸ਼ੁਰੂ। ਆਓ ਉੱਧਰ ਆਪਣੇ ਕਲਰ ਤਿਆਰ ਹੋਏ ਆ, ਇੱਧਰੋਂ ਆਪਾਂ ਕੰਮ ਸ਼ੁਰੂ ਕਰਨ ਲੱਗੇ ਹਾਂ ਪੇਂਟਿੰਗ ਦਾ। ਅਤੇ ਹੁਣ ਆਪਾਂ ਕਿਸੇ ਦਿਨ ਆਪਣੇ ਚੈਨਲ ਦਾ ਨਾਮ ਲਿਖ ਕੇ ਵਿਖਾਵਾਂਗੇ, PB38 ਬੋਇਸ, ਉਹ ਵੀ ਆਪਾਂ ਤਿਆਰ ਕਰਾਂਗੇ।
ਵੇਖੋ ਕਿ ਜਿਹੜੇ ਜਿਹੜੇ ਮੋਰਨੀ ਦੇ ਵਿੱਚ ਮੇਨ ਕਲਰ ਹੁੰਦੇ ਨੇ ਓਰੀਜਨਲ ਦੇ ਵਿੱਚ, ਉਹੀ ਆਪਾਂ ਕਲਰਾਂ ਦੀ ਮੋਰਨੀ ਤਿਆਰ ਕਰਦੇ ਪਏ ਹਾਂ। ਵੇਖੋ ਕਿੰਨੀ ਸੋਹਣੀ ਮੋਰਨੀ ਤਿਆਰ ਹੋ ਰਹੀ ਹੈ। ਅਤੇ ਪਹਿਲਾਂ ਡਿਜ਼ਾਇਨ ਹੋਰ ਕੋਈ ਆਪਾਂ ਤਿਆਰ ਕੀਤਾ ਸੀ, ਖੈਰ ਕਿ ਮੋਰਨੀ ਦੇ ਵਿੱਚ ਡਿਜ਼ਾਇਨ ਕੋਈ ਹੋਰ ਤਿਆਰ ਕੀਤਾ, ਕਿਉਂਕਿ ਇਹ ਵੀ ਪੇਂਟਿੰਗ ਵੀ ਕਾਫੀ ਰਕਮ ਦੀ ਆਉਂਦੀ ਆ ਮੋਰਨੀ ਦੇ ਡਿਜ਼ਾਇਨਾਂ ਵਾਲੀ। ਅਤੇ ਬਾਕੀ ਗੁਲਾਬ ਦੇ ਫਲਾਵਰ, ਕਾਫੀ ਚੀਜ਼ਾਂ ਅਲੱਗ ਅਲੱਗ ਸ਼ੇਡਾਂ ਦੀਆਂ ਆਉਂਦੀਆਂ ਨੇ। ਕਈ ਵਾਰੀ ਪੇਂਟਿੰਗ ਦੇਖ ਕੇ ਲੱਗਦਾ ਹੈ ਕਿ ਇੱਕੋ ਤਰ੍ਹਾਂ ਦੀ ਪੇਂਟਿੰਗ ਤਿਆਰ ਹੋ ਰਹੀ ਹੈ, ਪਰ ਜਦੋਂ ਦੀ ਆਪਾਂ ਡਿਜ਼ਾਇਨਿੰਗ ਦੇਖਦੇ ਹਾਂ ਉਹ ਹਮੇਸ਼ਾ ਅਲੱਗ ਅਲੱਗ ਹੁੰਦੀ ਆ ਅਤੇ ਉਹਦੀ ਸ਼ੇਪ ਅਲੱਗ ਅਲੱਗ ਹੁੰਦੀ ਆ। ਬਾਕੀ ਅੱਜ ਵਾਲੀ ਮੋਰਨੀ ਦੇਖੋ ਕਿੰਨੀ ਸੋਹਣੀ ਤਿਆਰ ਹੋ ਰਹੀ ਹੈ। ਤੁਸੀਂ ਵੀ ਇਸੇ ਤਰ੍ਹਾਂ ਮੋਰਨੀ ਨੂੰ ਤਿਆਰ ਕਰ ਸਕਦੇ ਹੋ, ਚਾਹੇ ਤੁਸੀਂ ਇਹਨੂੰ ਕੁੜਤੇ ਚਾਦਰੇ 'ਤੇ ਪਾਓ, ਚਾਹੇ ਲੇਡੀਜ਼ ਸੂਟ 'ਤੇ ਪਾਓ, ਚਾਹੇ ਦੁਪੱਟੇ 'ਤੇ ਬਣਾਓ, ਹਰੇਕ ਜਗ੍ਹਾ 'ਤੇ ਬਣਾਈ ਹੋਈ ਬਹੁਤ ਸੋਹਣੀ ਲੱਗੂਗੀ, ਕਿਉਂਕਿ ਕਾਫੀ ਚੀਜ਼ਾਂ 'ਤੇ ਡਿਜ਼ਾਇਨ ਚੱਲਦਾ ਅੱਜ ਕੱਲ੍ਹ। ਇਹ ਜ਼ਰੂਰ ਟਰਾਈ ਕਰਕੇ ਦੇਖਿਓ ਜੀ, ਬਣਾ ਕੇ ਜ਼ਰੂਰ ਦੇਖਿਓ, ਚਾਹੇ ਕਿ ਪੇਪਰ 'ਤੇ ਬਣਾ ਕੇ ਤਿਆਰ ਕਰਕੇ ਦੇਖੋ, ਵੈਸੇ ਹੀ ਤੁਹਾਨੂੰ ਤਿਆਰ ਕਰਨ ਲੱਗੇ ਬਹੁਤ ਸੋਹਣੀ ਲੱਗਣੀ ਆ। ਕਿਉਂ? ਕਿਉਂਕਿ ਆਪਾਂ, ਤੁਸੀਂ ਖੁਦ ਸਿਆਣੇ ਹੋ, ਜਦੋਂ ਆਪਾਂ ਮਿਹਨਤ ਨਾਲ ਕੋਈ ਚੀਜ਼ ਬਣਾਉਂਦੇ ਹਾਂ ਉਹ ਵੈਸੇ ਹੀ ਚੀਜ਼ ਸੋਹਣੀ ਲੱਗਦੀ ਆ, ਮਿਹਨਤ ਦੀ ਬਣੀ ਹੋਈ। ਬਾਕੀ ਆਪਾਂ ਕੁਛ ਪਹਾੜ ਆਪਣੇ ਤਿਆਰ ਹੋਣ ਵਾਲੇ ਰਹਿ ਗਏ ਆ, ਬਣੇ ਰਹੋ ਸਾਡੀ ਵੀਡੀਓ 'ਤੇ, ਦੇਖੋ ਪਹਾੜ ਤਿਆਰ ਹੁੰਦੇ ਮੋਰਨੀ ਦੇ। ਦੇਖੋ ਕਿ ਆਪਾਂ ਸਾਰੀਆਂ ਅਲੱਗ ਅਲੱਗ ਸ਼ੇਡਾਂ ਨਾਲ ਤਿਆਰ ਕਰਦੇ ਪਏ, ਕੁਛ ਕੁ ਮੋਰਨੀ ਆਪਣੀ ਤਿਆਰ ਹੋ ਚੁੱਕੀ ਹੈ, ਇੱਕ ਦੋ ਪਾਰਟ ਤਿਆਰ ਹੋਣ ਵਾਲੇ ਰਹਿ ਗਏ ਆ, ਉਹ ਵੀ ਕਰਦੇ ਹਾਂ ਤਿਆਰ ਤੁਹਾਡੇ ਸਾਹਮਣੇ। ਵੀਡੀਓ ਨੂੰ ਦੇਖੋ ਪੂਰਾ, ਦੱਸੋ ਨਾਲੇ ਕਮੈਂਟਾਂ 'ਚ ਆਪਾਂ ਇਹ ਚੀਜ਼ ਕਿਹੋ ਜਿਹੀਆਂ ਤਿਆਰ ਕਰਦੇ ਹਾਂ।
ਹੁਣ ਆਪਾਂ ਜਿਹੜੇ ਪੰਖ ਆ ਉਹ ਵੀ ਇਹਨੇ ਤਿਆਰ ਕਰ ਲਏ ਮੋਰਨੀ ਦੇ, ਅਤੇ ਤੁਸੀਂ ਇਹ ਦੇਖੋ ਕਿ ਪ੍ਰੋਪਰ ਉਹੀ ਸ਼ੇਡਾਂ ਆਪਾਂ ਤਿਆਰ ਕੀਤੀਆਂ ਜੋ ਇਹਦੇ ਖੰਭਾਂ ਦੇ ਵਿੱਚ ਹੁੰਦੀਆਂ ਨੇ, ਅਤੇ ਬਾਕੀ ਆਪਾਂ ਇਹਦੀ ਬੋਡੀ ਵੀ ਤਿਆਰ ਕਰ ਲਈ ਆ, ਫਰੰਟ ਤੋਂ ਚੁੰਝ ਵੀ ਤਿਆਰ ਕਰਤੀ ਆ, ਕਲਗੀ ਵੀ ਤਿਆਰ ਕਰ ਲਈ ਜਾਂਦੀ। ਦੇਖੋ ਸੇਮ ਉਹੀ ਚੀਜ਼ ਆਪਾਂ ਓਰੀਜਨਲ ਦੇ ਵਿੱਚ ਤਿਆਰ ਕੀਤੀ ਆ ਜਿਵੇਂ ਦਾ ਓਰੀਜਨਲ ਦੇ ਵਿੱਚ ਇਹ ਸ਼ੋ ਹੁੰਦਾ। ਬਾਕੀ ਆਪਾਂ ਥੱਲੇ ਆਪਣਾ ਨਾਮ ਹੀ ਮੈਨਸ਼ਨ ਕਰਨ ਲੱਗੇ ਹਾਂ, ਸਿਰਫ ਆਪਣੇ ਨਾਮ ਦਾ ਪਹਿਲਾ ਅੱਖਰ ਦੱਸਾਂਗੇ ਤੁਹਾਨੂੰ, ਬਾਕੀ ਅੱਗੋਂ ਪ੍ਰੋਪਰ ਪੂਰਾ ਨਾਮ ਨਹੀਂ ਲਿਖਾਂਗੇ ਆਪਾਂ। ਉਹ ਵੀ ਕਰਦੇ ਹਾਂ ਤਿਆਰ, ਆਓ ਦਿਖਾਈਏ ਤੁਹਾਨੂੰ ਕਿ ਨਾਂ ਕਿਵੇਂ ਆਪਾਂ ਤਿਆਰ ਕੀਤਾ ਆਪਣਾ। ਅਤੇ ਦਿਵਾਲੀ ਵੀ ਲਾਗੇ ਆਉਣ ਵਾਲੀ ਆ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਇਸ ਚੀਜ਼ ਬਾਰੇ ਸਮਝਾਇਆ ਸੀ ਕਿ ਜਿਹੜੀ ਪਟਾਕਿਆਂ ਨੂੰ ਅੱਗ ਲਾਉਣੀ ਇੱਕ ਹਿਸਾਬ ਨਾਲ ਚਲੋ ਤਿਉਹਾਰ ਸਾਲ ਬਾਅਦ ਆਉਂਦਾ, ਪਰ ਇਹ ਆਉਂਦਾ ਹੀ ਰਹਿੰਦਾ, ਇਹ ਕਿਹੜਾ ਬੰਦ ਹੋ ਜਾਣਾ ਜਾਂ ਜਿਵੇਂ ਮਰਜ਼ੀ ਆ, ਪਰ ਇਹਦੇ ਵਿੱਚ ਇਹ ਆ ਕਿ ਜਿਹੜੀ ਪਟਾਕਿਆਂ ਨੂੰ ਅੱਗ ਲਾਉਣੀ ਇੱਕ ਹਿਸਾਬ ਨਾਲ ਪੈਸਿਆਂ ਨੂੰ ਅੱਗ ਲਾਉਣੀ, ਉਸੇ ਦੀ ਤੁਸੀਂ ਕੋਈ ਨਾ ਕੋਈ ਆਪਣੀ ਫੈਮਿਲੀ ਦੀ ਚੀਜ਼ ਬਣਾਓ, ਕੋਈ ਗੋਲਡ ਦੀ, ਕੋਈ ਚਾਂਦੀ ਦੀ, ਪਰ ਕੁਛ ਜਾਂ ਘਰ ਦਾ ਕੋਈ ਚੀਜ਼ ਬਣਾ ਲਓ। ਬਾਕੀ ਇਹ ਆ ਕਿ ਪਟਾਕਿਆਂ ਨੂੰ ਅੱਗ ਲਾ ਤੀ ਪੈਸੇ ਸੜ ਗਏ ਆ, ਤੋ ਵੱਧ ਤੋਂ ਵੱਧ 10-15-20 ਮਿੰਟ ਦੇ ਵਿੱਚ ਆਪਾਂ ਪਟਾਕਿਆਂ ਨੂੰ ਅੱਗ ਲਾ ਕੇ ਸਾੜ ਕੇ ਇਹ ਨੀਚੇ ਆ ਜਾਂਦੇ ਹਾਂ। ਪਰ ਇਹ ਵੀ ਦੇਖਿਆ ਕਰੋ ਕਿ ਆਪਾਂ ਪੈਸੇ ਵੀ ਕਿੰਨੇ ਫੂਕਦੇ ਹਾਂ, ਉਹੀ ਪੈਸੇ ਨਾਲ ਕਿਸੇ ਦੀ ਮਦਦ ਕਰ ਦਿਉ ਜਾਂ ਤੁਸੀਂ ਆਪਦੀ ਘਰ ਦੀ ਕੋਈ ਚੀਜ਼ ਬਣਾ ਲਓ, ਕਿਸੇ ਕੰਮ ਆਉਣ। ਪਰ ਇਹ ਤਾਂ ਕਿਸੇ ਕੰਮ ਨਾ ਹੋਏ ਕਿ ਆਪਾਂ ਪਟਾਕੇ ਚਲਾਉਣੇ ਜੀ, ਪਟਾਕੇ ਖਰੀਦਣੇ ਆ। ਇੱਕ ਤੁਸੀਂ ਇਹ ਵੀ ਦੇਖਿਆ ਕਰੋ ਕਿ ਪੈਸੇ ਦੀ ਬਰਬਾਦੀ, ਦੂਸਰੀ ਹਵਾ ਪ੍ਰਦੂਸ਼ਿਤ, ਜਿਹਦੇ ਨਾਲ ਆਪਣਾ ਅਤੇ ਆਪਣੇ ਬੱਚਿਆਂ ਦਾ ਨੁਕਸਾਨ ਹੋ ਰਿਹਾ, ਕਿਸੇ ਦਾ ਕੁਛ ਨਹੀਂ ਜਾ ਰਿਹਾ। ਕਿਉਂਕਿ ਜਿਹੜੇ ਬਣਾ ਕੇ ਸੇਲ ਕਰਦੇ ਆ ਉਹ ਤਾਂ ਆਪਦੀਆਂ ਕਮਾਈਆਂ ਕਰੀ ਜਾਂਦੇ ਆ, ਉਹਨਾਂ ਦਾ ਕਮਾਈਆਂ ਕਰ ਹੀ ਲੈਣੀਆਂ, ਪੈਸੇ ਵੱਟ ਹੀ ਲੈਣੇ ਤੁਹਾਡੇ ਤੋਂ। ਪਰ ਤੁਸੀਂ ਖੁਦ ਤੁਹਾਨੂੰ ਸਮਝਦਾਰ ਬਣਨਾ ਪੈਣਾ ਹੈ ਕਿ ਇਹਦੇ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਆ ਅਤੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ। ਇਸੇ ਕਰਕੇ ਆਪਣੇ ਆਪ ਨੂੰ ਸੁਧਾਰੋ, ਥੋੜ੍ਹਾ ਜਿਹਾ ਧਿਆਨ ਦਿਓ। ਮੇਰੇ ਕਿਸਾਨ ਵੀਰ, ਜੱਟ ਵੀਰ ਕਈ ਇਸੇ ਕਰਕੇ ਵਾਹ ਲੈ ਲੈ ਕੇ ਮਾਰਦੇ ਆ, ਵਾਹ ਦੇ ਵਿੱਚ ਆਖਣਗੇ ਸਾਡੇ 'ਤੇ ਕਰਜ਼ਾ ਹੈ ਜੀ, ਸਾਡੇ 'ਤੇ ਐਂ ਆ। ਮਾਫ਼ ਕਰਿਓ ਜੇ ਗਲਤ ਬੋਲਿਆ ਗਿਆ ਹੋਵੇ, ਪਰ ਅਸਲ ਦੇ ਵਿੱਚ ਗੱਲ ਇਹੀ ਹੁੰਦੀ ਆ। ਜਿਹੜਾ ਜਿਹੜਾ ਮੇਰੀ ਗੱਲ ਦੇ ਨਾਲ ਸਹਿਮਤ ਆ ਉਹ ਕਮੈਂਟ ਜ਼ਰੂਰ ਕਰੇ, ਪਹਿਲਾਂ ਉਹ ਪੈਸੇ ਦੀ ਪਰਵਾਹ ਨਹੀਂ ਕਰਦੇ, ਫਿਰ ਉਹ ਚੀਜ਼ ਇਹ ਕਰਦੇ ਆ, ਕੋਈ ਫਾਹ ਲੈਂਦਾ ਮੇਰਾ ਭਰਾ, ਕੋਈ ਕੁਛ ਕਰਦਾ, ਦਵਾਈ ਪੀਂਦਾ, ਪਰ ਪਤਾ ਉਹਨੂੰ ਹੁੰਦਾ ਜਿੰਦਾ ਚਲੇ ਜਾਂਦਾ, ਉਹਨੂੰ ਦੁੱਖ ਹੁੰਦਾ ਜਿੰਦਾ ਜਾਂਦਾ, ਦੂਸਰੇ ਬੰਦੇ ਨੂੰ ਹੁੰਦਾ ਯਾਰ ਇਹਦੇ 'ਤੇ ਕਰਜ਼ਾ ਹੀ, ਇਹ ਮਰ ਗਿਆ। ਕਰਜ਼ਾ ਵੀ ਆਪਾਂ ਲੋਕ ਹੀ ਚਾੜਦੇ ਹਾਂ, ਜੇ ਆਪਾਂ ਕਿਸੇ ਧੀ ਵਿਆਹੁਣੇ ਆਪਣੀ, ਆਪਾਂ ਜੀ ਗੱਡੀ ਦਈਏ ਟੌਹਰ ਬਣੂਗੀ, ਆਪਾਂ ਜੀ ਮੋਟਰਸਾਈਕਲ ਬੁਲਟ ਦਈਏ ਟੌਹਰ ਬਣੂ, ਕੀ ਟੌਹਰ ਬਣੂਗੀ ਤੁਹਾਡੀ। ਆਪਾਂ ਇੰਨਾ ਬੜਾ ਹੈ ਕਿ ਅਗਲੇ ਦੇ ਘਰ ਦਾ ਵੰਸ਼ ਚਲਾਉਣ ਲਈ ਅਗਲੇ ਨੂੰ ਇੱਕ ਧੀ ਦੇ ਦਿੱਤੀ ਆ। ਬਾਕੀ ਦਾਜ ਦੇ ਤੋਂ ਵੀ ਦੂਰ ਰਿਹਾ ਕਰੋ, ਅਤੇ ਤਾਂ ਹੀ ਆਪਣੇ ਪੰਜਾਬ 'ਚ ਮੌਤਾਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ, ਫਾਹ ਲੈਂਦੇ ਨੇ, ਕਈ ਕੁਛ ਹੁੰਦਾ। ਨਸ਼ਿਆਂ ਤੋਂ ਦੂਰ ਰਿਹਾ ਕਰੋ, ਆਪਾਂ ਨੂੰ ਬੇਰੁਜ਼ਗਾਰ ਆ ਬਹੁਤ, ਦੁਨੀਆ ਬੇਰੁਜ਼ਗਾਰ ਬੈਠੀ, ਅਤੇ ਨਸ਼ੇ ਵੀ ਤਾਂ ਹੀ ਕਰਦੀ ਆ ਕਿ ਬੇਰੁਜ਼ਗਾਰ ਆ, ਵਿਹਲੇ ਰਹਿ ਰਹਿ ਕੇ ਧਿਆਨ ਕੰਮ ਵੱਲ ਹੋਣਾ ਨਹੀਂ, ਨਸ਼ੇ ਕਰਨ ਵੱਲ ਧਿਆਨ ਜਾਣਾ, ਅਤੇ ਆਪ ਤਾਂ ਕਰਨੇ ਹੀ ਕਰਨੇ, ਕਈ ਵਾਰੀ ਦੂਜੇ ਬੰਦੇ ਨੂੰ ਵੀ ਲਾ ਲੈਣਾ ਨਾਲ। ਪਰ ਇੱਕ ਗੱਲ ਆ ਕਿ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਹੀ ਮਿਹਨਤ ਕਰਕੇ ਰੋਟੀ ਕਮਾ ਲਈਏ, ਆਪਣੀ ਵਾਹੀ ਕਰਕੇ ਰੋਟੀ ਕਮਾ, ਆਪਾਂ ਨੂੰ ਨਸ਼ੇ 'ਤੇ ਲਾਊਗਾ ਕੌਣ? ਅਗਰ ਆਪਾਂ ਕੰਮ ਕਰਦੇ ਹੋਵਾਂਗੇ, ਮਿਹਨਤ ਕਰਦੇ ਹੋਵਾਂਗੇ, ਤੁਹਾਡਾ ਧਿਆਨ ਉੱਧਰ ਜਾਊਗਾ ਜੀ। ਇਸੇ ਕਰਕੇ ਮਿਹਨਤ ਕਰਿਆ ਕਰੋ, ਕਿਰਤ ਕਰਿਆ ਕਰੋ, ਹੱਕ ਵੀ ਖਾਇਆ ਕਰੋ। ਬਾਕੀ ਆਪਣੀ ਬਣ ਕੇ ਪੇਂਟਿੰਗ ਤਿਆਰ ਹੈ ਅੱਜ ਦੀ, ਦੇਖੋ ਅਤੇ ਦੱਸੋ ਸਾਰੇ ਜਣੇ, ਰਿਵਿਊ ਦਿਓ ਆਪਦੇ। ਇਸੇ ਦੇ ਨਾਲ ਅੱਜ ਦੇ ਵਲੋਗ ਨੂੰ ਇੱਥੇ ਕਰਦੇ ਐਂਡਿੰਗ, ਹੈਪੀ ਐਂਡਿੰਗ ਚੈਨ, ਅਤੇ ਬਾਕੀ ਮਿਲਦੇ ਹਾਂ ਨਵੀਂ ਵੀਡੀਓ ਨਵੀਂ ਪੇਂਟਿੰਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਜਿਉਂਦੇ ਵਸਦੇ ਰਹੋ, ਖੁਸ਼ੀਆਂ ਮਾਣੋ,
बाकी चैनल में कर लो सबसक्राइब, बैल आइकन नप लियो जी जरूर, ता जो नवी पेंटिंग ते नवी वीडियो का नोटिफिकेशन तुहानू मिले। ते बाकी चैनल नू वीडियो नू लाइक ते शेयर कर दिया करो, सोहने सोहने कमेंट कर दिया करो, ते सबसक्राइब प्लीज़ जरूर करिया करो साडे चैनल नू, ता जो तुसी नवीं नवीं पेंटिंगां वेख सको। इस दे नाल अज दी वीडियो दी हैप्पी एंडिंग करदे हां। गुड नाइट, स्वीट ड्रीम, सत श्री अकाल।